ਭਾਈ ਜੀ ਅਸਲਾਮ ਵਾਲੇਕਮ ਜੀ। ਇਹ ਅਸਾਂ ਮਸਜਿਦ 'ਚ ਇੱਕ ਏਅਰ ਕੂਲਰ ਬਣਾ ਕੇ ਲਾਇਆ ਜੀ। ਇਹ ਉਹਦਾ ਫੈਨ ਹੈਗਾ ਜੀ 56 ਇੰਚ ਦਾ। ਅਤੇ ਉਸ ਤੋਂ ਬਾਅਦ ਜੀ ਤੁਹਾਨੂੰ ਹੁਣ ਅੰਦਰ ਵਿਖਾਉਂਦੇ ਹਾਂ ਜੀ ਮਸਜਿਦ ਦੇ ਵਿੱਚ ਇਹ ਕਿਹੜੇ ਹਿਸਾਬ ਨਾਲ ਔਰ ਕਿਸ ਤਰ੍ਹਾਂ ਕੰਮ ਕਰ ਰਿਹਾ ਅਤੇ ਕਿੰਨਾ ਟੈਂਪਰੇਚਰ ਡਾਊਨ ਕਰ ਰਿਹਾ। ਇਹ ਤਾਂ ਫੈਨ ਹੈ ਜੀ ਅੰਦਰ ਵਾਲੀ ਸਾਈਡ ਤੋਂ। ਇਹਦੀ ਅੰਦਰ ਵਾਲੀ ਸਾਈਡ ਤੋਂ ਸੈਕਸ਼ਨ ਲੱਗੀ ਹੋਈ ਹੈ। ਇਹ ਅੰਦਰੋਂ ਚੱਲ ਰਿਹਾ ਜੀ, ਹਵਾ ਖਿੱਚ ਰਿਹਾ ਮਸਜਿਦ ਪੂਰੀ ਦੀ। ਇਹਦੇ ਅਸਾਂ ਖਿੜਕੀ ਦੇ ਵਿੱਚ ਲਾਏ ਹੈਗੇ ਨੇ ਜੀ ਪੈਡ। ਹੁਣ ਤੁਹਾਨੂੰ ਅਸੀਂ ਬਾਹਰੋਂ ਵਿਖਾ ਰਹੇ ਹਾਂ, ਵਿਖਾਉਣ ਲੱਗੇ ਹਾਂ ਜੀ। ਇਹ ਮਸਜਿਦ ਦੀ ਤਕਰੀਬਨ ਲੰਬਾਈ ਹੈਗੀ ਹੈ ਜੀ 60 ਤੋਂ 70 ਫੁੱਟ, 60 ਫੁੱਟ ਤੋਂ 70 ਫੁੱਟ। ਅਬ ਬਣਾ ਲਵਾਂ, ਮੁਕੰਮਲ ਕਰ ਲਵਾਂ। ਇਹਦੀ ਮਸਜਿਦ ਦੀ ਲੈਂਥ ਹੈਗੀ ਜੇ 60 ਤੋਂ 70 ਫੁੱਟ। ਅਤੇ ਅੱਲਾ ਤੁਹਾਡਾ ਭਲਾ ਕਰੇ ਜੀ। ਇਹ ਉਹਦੀ ਬੈਕ ਸਾਈਡ ਦਾ ਜਿੱਧਰ ਅਸਾਂ ਪਾਣੀ ਦੀ ਕੂਲਿੰਗ ਦਾ ਇੰਤਜ਼ਾਮ ਕੀਤਾ ਹੋਇਆ ਜੀ, ਇਹਦੇ ਲੱਗੇ ਹੋਏ ਨੇ ਇੱਥੇ, ਕੂਲਿੰਗ ਪੈਡ ਲੱਗੇ ਹੋਏ ਨੇ ਜੀ। ਇਹਦਾ ਸੈਟਅਪ ਹੈਗਾ ਜੀ। ਅਤੇ ਇਹ ਅਸਾਂ ਇਹਦੇ 'ਚ ਪਾਣੀ ਦਾ ਸਰਕੂਲੇਸ਼ਨ ਜਿਹੜੀ ਹੈਗੀ ਹੈ ਇਹ ਇੱਥੇ ਬਣਾਈ ਹੋਈ ਹੈ, ਯਾਨੀ ਕਿ ਇਹ ਪਾਣੀ ਜਿਹੜਾ ਇਹਦਾ ਵਾਪਸੀ ਹੈਗਾ, ਇਹ ਇੱਥੇ ਆ ਕੇ ਇਹਦੇ 'ਚ ਆ ਰਿਹਾ, ਇਹਦੇ 'ਚ ਵੀ ਪੰਪ ਚੁੱਕ ਕੇ ਇਹਨੂੰ ਵਾਪਸ ਦੇ ਰਿਹਾ। ਅਤੇ ਜਿਹੜਾ ਪਾਣੀ ਘੱਟ ਰਿਹਾ ਇਸ ਪਾਈਪ ਨਾਲ ਆਰਜ਼ੀ ਤੌਰ 'ਤੇ ਲਾਇਆ ਹੋਇਆ, ਇਹ ਜਿਹੜਾ ਇੱਥੋਂ ਇਹਨੂੰ ਪੂਰਾ ਕਰਕੇ ਦੇ ਰਿਹਾ। ਅਤੇ ਇਹ ਅਸਾਂ ਇਹਦੇ ਵਿੱਚ ਕੂਲੈਂਟ ਯੂਜ਼ ਕੀਤਾ, ਸਪੈਸ਼ਲ ਬਾਹਰੋਂ ਕੂਲੈਂਟ ਮੰਗਵਾਇਆ, ਇਹ ਕੂਲੈਂਟ ਯੂਜ਼ ਕੀਤਾ ਜਿਹੜਾ ਇਹ ਕੂਲਿੰਗ ਨੂੰ ਜ਼ਿਆਦਾ ਬਿਹਤਰ ਤਰੀਕੇ ਨਾਲ ਕੰਮ ਕਰਦਾ ਔਰ ਇਹਨਾਂ ਪੈਡਾਂ ਨੂੰ ਸਾਫ਼ ਵੀ ਰੱਖਦਾ ਹੈਗਾ। ਇਹ ਦਾ ਸੈਟਅਪ ਹੈਗਾ ਜੀ। ਇਹ ਜਿਹੜਾ ਹੈਗਾ ਅਸਾਂ ਕੂਲਰ ਬਣਾਇਆ, ਇਹ ਤੁਹਾਡੇ ਜਿਹੜਾ ਹੈਗਾ ਮਸਜਿਦ ਦਾ ਟੈਂਪਰੇਚਰ ਜਿਹੜਾ ਹੈਗਾ ਜੇ ਇਹ ਤਕਰੀਬਨ 25 ਤੋਂ 28 ਤੱਕ ਡਾਊਨ ਕਰ ਦਿੰਦਾ। ਇਹਨੂੰ 25 ਤੱਕ ਵੀ ਕਰ ਸਕਦੇ ਹੋ ਤੁਸੀਂ, ਵੈਸੇ ਜਿਹੜਾ ਨੋਰਮਲ ਚੱਲਦਾ ਹੈਗਾ ਉਹ 28 ਸੈਂਟੀਗ੍ਰੇਡ ਤੱਕ ਇਹਨੂੰ ਥੱਲੇ ਲੈ ਆਉਂਦਾ ਹੈਗਾ, ਯਾਨੀ ਕਿ ਤੁਹਾਨੂੰ ਏਸੀ ਦੀ ਜ਼ਰੂਰਤ ਕੋਈ ਨਹੀਂ ਹੈ। ਤੁਸੀਂ ਇੱਕ ਏਸੀ ਅਗਰ 1.5 ਟਨ ਦਾ ਲੈਂਦੇ ਹੋ ਤਾਂ ਸਮਝ ਲਓ 2 ਏਸੀ ਲਾਉਂਦੇ ਹੋ ਐਡੀ ਮਸਜਿਦ 'ਚ, ਤਾਂ ਤੁਹਾਨੂੰ ਪਤਾ ਵੀ ਨਹੀਂ ਲੱਗੇਗਾ ਕਿ ਏਸੀ ਲਾਏ ਹੋਏ ਨੇ ਕਿ ਨਹੀਂ। ਐਡੀ ਮਸਜਿਦ ਦੇ ਵਿੱਚ ਕਮ ਅਜ਼ ਕਮ 8 ਏਸੀ 1.5 ਟਨ ਦੇ ਚੱਲਣਗੇ, ਤਾਂ ਫਿਰ ਤੁਹਾਨੂੰ ਕੁਝ ਨਾ ਕੁਝ ਕਿਸੇ ਥੋੜ੍ਹੇ ਬਹੁਤੇ ਹਿਸਾਬ ਦੇ ਨਾਲ ਤੁਹਾਨੂੰ ਕੂਲਿੰਗ ਮਿਲੇਗੀ। ਲੇਕਿਨ ਇਹ ਅਸਾਂ ਤਕਰੀਬਨ 1.5 ਲੱਖ ਰੁਪਏ ਦੇ ਵਿੱਚ ਇਹ ਸਾਡਾ ਸੈਟਅਪ ਜਿਹੜਾ ਹੈਗਾ ਇਹ ਬਣਾਇਆ ਹੈਗਾ ਔਰ ਬਿਹਤਰੀਨ ਜ਼ਬਰਦਸਤ ਤਰੀਕੇ ਨਾਲ ਇਹ ਮਸਜਿਦ 'ਚ ਵਰਕ ਕਰ ਰਿਹਾ, ਔਰ ਕਿਸੇ ਕਿਸਮ ਦਾ ਇਹਦਾ ਖਰਚਾ ਵੀ ਤਕਰੀਬਨ 1 ਟਨ ਦੇ ਏਸੀ ਦੇ ਬਰਾਬਰ ਹੈਗਾ, ਯਾਨੀ ਕਿ 6 ਐਮਪੇਅਰ ਸਾਡਾ ਲੋਡ ਲੈ ਰਿਹਾ, ਇਨਕਲੂਡਿੰਗ 6 ਐਮਪੇਅਰ, 6.5 ਐਮਪੇਅਰ ਸਾਡਾ ਇਹ ਲੋਡ ਯੂਜ਼ ਕਰ ਰਿਹਾ ਹੈਗਾ। ਉਮੀਦ ਹੈ ਇਹ ਤੁਹਾਨੂੰ ਸਾਡੀ ਵੀਡੀਓ ਪਸੰਦ ਆਏਗੀ।